अगर आपने हमारे चैनल को सब्सक्राइब नहीं किया है तो इसे सब्सक्राइब कर लें। बठिंडा में आज आंगनवाड़ी वर्कर ने मनप्रीत बादल के कर्जा माफी समागम में पहुंचकर नारेबाजी की। वहीं पुलिस ने नारेबाजी करने वाली 100 के करीब आंगनवाड़ी वर्करों को गिरफ्तार कर लिया। वहीं इस मौके पर पुलिस और आंगनवाड़ी वर्करों ने जमकर धक्का मुक्की हुई। पुलिस कर्मचारियों ने बड़ी मशक्कत से वाले वर्करों को हिरासत में लिया। वहीं इस बारे में SSP ने कहा कि यह आंगनवाड़ी वर्कर मनप्रीत बादल के समागम के बाहर हुल्लड़बाजी करने आई थी, जिनको गिरफ्तार कर लिया गया है और उनके खिलाफ कार्रवाई की जाएगी। प्रोटेस्ट हो रहा सी ते किन्ने आंगनवाड़ी वर्कर गिरफ्तार जिहड़े हैगे अपने FM साहब माइक ਤੇ ਉਹਨਾਂ ਦਾ ਇੱਥੇ ਪ੍ਰੋਗਰਾਮ ਸੀਗਾ ਸਟੇਟ ਲੈਵਲ ਉੱਤੇ। ਕੁਝ ਆਂਗਨਵਾੜੀ ਵਰਕਰਸ 150 ਦੇ ਕਰੀਬ ਆ ਕੇ ਪ੍ਰੋਗਰਾਮ ਨੂੰ ਖਰਾਬ ਕਰਨਾ ਚਾਹੁੰਦੀਆਂ ਸੀ। ਉਹਦੇ ਵਿੱਚ ਅਸੀਂ ਇਹਨਾਂ ਨੂੰ ਤਕਰੀਬਨ 100 ਦੇ ਕਰੀਬ ਨੂੰ ਅਰੈਸਟ ਕੀਤਾ, ਬਾਕੀ ਖੜੇ ਹੈਗੇ ਡਿਸਪੋਸ। ਸਰਕਾਰ ਨੂੰ ਇਨਫੋਰਮੇਸ਼ਨ ਤੁਹਾਡੇ ਕੋਲੇ ਵੀ ਐਗਿਟੇਸ਼ਨ ਕਰਨ ਪਹਿਲਾਂ FM ਸਾਹਿਬ ਦੇ ਤੇ ਕਈ ਪ੍ਰੋਗਰਾਮ ਹੈਗੇ MSD ਸਕੂਲ ਦੇ ਵਿੱਚ ਪ੍ਰੋਗਰਾਮ ਸੀਗਾ ਤੇ ਉੱਥੇ ਵੀ ਇਹਨਾਂ ਨੇ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਉੱਥੋਂ ਹੁਣ ਸੈਕਿੰਡ ਪ੍ਰੋਗਰਾਮ ਤੇ ਆ ਗਈਆਂ ਤੇ ਇਸ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਪ੍ਰੀਵੈਂਟਿਵ ਅਰੈਸਟ ਕੀਤਾ। ਸੋ ਕਾਰਵਾਈ ਹੋਊਗੀ ਸਰ ਇਹਨਾਂ ਦੀ? ਪ੍ਰੀਵੈਂਟਿਵ ਅਰੈਸਟ ਕਰਾਂਗੇ, ਲਾਅ ਐਂਡ ਆਰਡਰ ਨੂੰ ਖਰਾਬ ਕਰਦੇ ਹੋਏ ਪ੍ਰੋਗਰਾਮ ਨੂੰ ਡਿਸਟਰਬ ਕਰਦੇ ਸਟੇਟ ਲੈਵਲ ਦੇ ਵਿੱਚ। ਠੀਕ ਹੈ, ਤਾਂ ਪ੍ਰੀਵੈਂਟਿਵ ਐਕਸ਼ਨ ਲਿਆ। ਸਰ ਕੁਝ ਪੁਲਿਸ ਮਾਰਮਾ ਡੰਡੇ ਤੱਕ ਖੋਲੇ ਨੇ, ਪੁਲਿਸ ਫੋਰਸ ਇਹਨੂੰ ਘੱਟ ਸੀ, ਉਹਦਾ ਉਹਨਾਂ ਖਰਾਬ ਕਰ ਰਹੇ ਨੇ। ਪਹਿਲਾਂ ਪ੍ਰਪੇਅਰ ਨਹੀਂ ਸੀ ਪੁਲਿਸ ਸਰ, ਐਸੇ ਲੱਗਦਾ ਮਲਟੀਪਲ ਪ੍ਰੋਗਰਾਮ ਹੈਗੇ ਆ, ਸਾਰੇ ਕਿਤੇ ਲਗਾਈ ਹੋਈ ਆ, ਇਹਨਾਂ ਦੇ 8-9 ਦੇ ਕਰੀਬ ਪ੍ਰੋਗਰਾਮ ਹੈਗੇ। ਜਦੋਂ ਇੱਕਦਮ ਇੱਥੇ ਜ਼ਿਆਦਾ ਆਨ ਕਾਰਨ ਥੋੜ੍ਹੀ ਪ੍ਰੋਬਲਮ ਹੋਈ, ਲੇਕਿਨ ਦਾ ਸਿਚੁਏਸ਼ਨ ਇਜ਼ ਅੰਡਰ ਕੰਟਰੋਲ। ਥੈਂਕ ਯੂ। अगर आपने हमारे चैनल को सब्सक्राइब नहीं किया है तो इसे सब्सक्राइब कर लें।